ਜਿੰਦਰ ਨਗਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ, ਪੋਲਿੰਗ ਬੂਥ ਦੀਆਂ ਤਸਵੀਰਾਂ ਤੁਸੀਂ ਵੇਖੋ ਤੇ ਫਿਲਹਾਲ ਆਪਣੇ ਮਤ ਦਾ ਅਧਿਕਾਰ ਇਹ ਕਰਦੇ ਨਜ਼ਰ ਆਏ। ਉਹਨਾਂ ਨੇ ਮਤ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਤੇ ਫਿਲਹਾਲ ਕਾਂਗਰਸ ਦੇ ਅਰਵਿੰਦ ਸਿੰਘ ਲਵਲੀ ਚੋਣ ਮੈਦਾਨ ਵਿੱਚ ਹਨ। ਇੱਕ ਤਕੜਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ। ਗੌਤਮ ਗੰਭੀਰ ਫਿਲਹਾਲ ਦਿੱਲੀ 'ਚ ਵੋਟ ਕਾਸਟ ਕਰਦੇ ਨਜ਼ਰ ਆਏ, ਆਪਣੀ ਪਤਨੀ ਦੇ ਨਾਲ ਉਹ ਮੌਕੇ 'ਤੇ ਪਹੁੰਚੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹੈ। ਭਾਰਤੀ ਕ੍ਰਿਕਟ ਟੀਮ ਦਾ ਇਹ ਮਸ਼ਹੂਰ ਖਿਡਾਰੀ, ਸਾਬਕਾ ਖਿਡਾਰੀ ਤੇ ਫਿਲਹਾਲ ਹੁਣ ਇੱਕ ਸਿਆਸੀ ਆਗੂ ਵਜੋਂ ਤੁਸੀਂ ਇਹਨਾਂ ਦੀਆਂ ਤਸਵੀਰਾਂ ਵੇਖ ਸਕਦੇ ਹੋ। ਜੀ, ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਚੋਣ ਮੈਦਾਨ ਦੇ ਵਿੱਚ ਨੇ ਤੇ ਗੌਤਮ ਗੰਭੀਰ, ਇਹਨਾਂ ਨੂੰ ਕੌਣ ਨਹੀਂ ਜਾਣਦਾ, ਇੱਕ ਨਾਮੀ ਚਿਹਰਾ ਭਾਰਤ ਦਾ, ਤੇ ਹੁਣ ਲਗਾਤਾਰ ਆਪਣਾ ਦਾਅਵਾ ਕਰ ਰਹੇ ਸੀ ਜਿੱਤ ਦਾ। ਇਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਦੇਸ਼ ਦੇ ਲਈ ਲੜਨਗੇ, ਕਿਸੇ ਹੋਰ ਦੇ ਨਾਲ ਇਹਨਾਂ ਦੀ ਕੋਈ ਮੁਕਾਬਲਾ ਨਹੀਂ ਹੈ। ਇਹਨਾਂ ਦਾ ਆਪਣੇ ਆਪ ਨਾਲ ਤੇ ਆਪਣੇ ਦੇਸ਼ ਦੇ ਲਈ, ਵਿਕਾਸ ਦੇ ਮੁੱਦਿਆਂ ਨਾਲ ਇਹਨਾਂ ਦਾ ਮੁਕਾਬਲਾ ਹੈ, ਆਪਣੇ ਆਪ ਨਾਲ ਹੀ ਮੁਕਾਬਲਾ ਕਰਨਗੇ, ਕਿਸੇ ਹੋਰ ਉਮੀਦਵਾਰ ਦੇ ਨਾਲ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਤੇ ਫਿਲਹਾਲ ਦੇਸ਼ 'ਚ ਹੋ ਰਹੀਆਂ ਆਮ ਚੋਣਾਂ 'ਚ ਫਿਲਹਾਲ 6ਵੇਂ ਗੇੜ 'ਚ ਰਾਸ਼ਟਰੀ ਰਾਜਧਾਨੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। 7 ਸੀਟਾਂ 'ਤੇ ਫਿਲਹਾਲ ਸਵੇਰ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਕੇਂਦਰੀ ਮੰਤਰੀ ਹਰਸ਼ਵਰਧਨ, ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਜਿਨ੍ਹਾਂ ਦੀਆਂ ਤਸਵੀਰਾਂ ਤਾਂ ਤੁਸੀਂ ਵੇਖ ਹੀ ਰਹੇ ਹੋ। ਸਵੇਰ ਸਵੇਰ ਵੋਟਿੰਗ ਕਰਨ ਵਾਲਿਆਂ 'ਚ ਸ਼ੀਲਾ ਦੀਕਸ਼ਿਤ ਅਤੇ ਮਾਕਨ ਅਤੇ ਹਰਸ਼ਵਰਧਨ ਅਤੇ ਗੰਭੀਰ ਨਜ਼ਰ ਆਏ। ਗੰਭੀਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਆਪਣੀ ਪਤਨੀ ਦੇ ਨਾਲ ਉਹ ਵੋਟ ਕਾਸਟ ਕਰਦੇ ਨਜ਼ਰ ਆਏ ਨੇ। ਜੀ, ਚੋਣਾਂ ਦਾ ਮਾਹੌਲ ਅਤੇ 6ਵੇਂ ਪੜਾਅ ਦੀਆਂ ਵੋਟਾਂ ਅੱਜ ਪੈ ਰਹੀਆਂ ਨੇ। ਬਹੁਤ ਬੜਾ ਦਿਨ ਹੈ ਅੱਜ ਆਪਕੇ ਲਈ, ਕਹੇਂਗੇ ਬਹੁਤ ਬੜਾ ਦਿਨ ਤੋਂ ਇਸ ਲਈ ਕਿਉਂਕਿ ਅੱਜ ਵੋਟ ਡਾਲਨੇ ਕਾ ਦਿਨ ਹੈ। ਤੋ ਮੈਂ ਜਨਤਾ ਕੋ ਯਹੀ ਕਹੂੰਗਾ ਕਿ ਘਰ ਸੇ ਬਾਹਰ ਨਿਕਲੇ, ਵੋਟ ਜ਼ਰੂਰ ਡਾਲੀਏ, ਬਿਕੋਜ਼ ਡੈਮੋਕ੍ਰੇਸੀ ਮੇ ਆਪ ਆਪਣੀ ਜੋ ਆਪਕੇ ਪਾਸ ਸਭਸੇ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਜੋ ਸਭਸੇ ਪਾਵਰਫੁਲ ਚੀਜ਼ ਹੈ, ਵੋ ਹੈ ਆਪਕਾ ਵੋਟ, ਜੋ ਆਪਕਾ ਅਗਲੇ 5 ਸਾਲ ਕਾ ਭਵਿਸ਼